ਪਈ ਆ ਤੁਹਾਡੀ ਭੈਣਾਂ ਦੇ ਪੁੱਦੇ ਪਹਿਲਾਂ ਅਫਗਾਨਿਸਤਾਨ ਚ ਜਾਂਦੇ ਸੀ ਫਿਰ ਯਹੂਦੀ ਵੀ ਮੁਸਲਮਾਨ ਕੁੜੀਆਂ ਦੀ ਪੁੱਦੀ ਮਾਰਦੇ ਰਹੇ ਟਕਾ ਟਕਾ ਕੇ ਤੁਹਾਨੂੰ ਤਾਂ ਪਤਾ ਹੀ ਹੋਣਾ ਤੁਹਾਡੀਆਂ ਬੁੜੀਆਂ ਨੇ ਤੁਹਾਨੂੰ ਤੁਹਾਡੀਆਂ ਦਾਦੀਆਂ ਨੇ ਤੁਹਾਡੀ ਬੀਬੀਆਂ ਨੇ ਤੁਹਾਡੀਆਂ ਲਾਉਂਦੀਆਂ ਨੇ ਤੁਹਾਨੂੰ ਦੱਸਿਆ ਹੋਣਾ ਤੁਹਾਡੀਆਂ ਜਿਹੜੀਆਂ ਭੈਣਾਂ ਟੌਪ ਦੀਆਂ ਗਸਤੀਆਂ ਨੇ ਨਾ ਉਹਨਾਂ ਦੀ ਡਿਊਟੀ ਲਾਓ ਤੁਸੀਂ ਕਾਰਗਿਲ ਚੋ ਕਸ਼ਮੀਰ ਚ ਜਾ ਕੇ ਇੰਡੀਆ ਵਾਲੇ ਜੰਮੂ ਕਸ਼ਮੀਰ ਦੇ ਜਿਹੜੇ ਇੰਡੀਅਨ ਆਰਮੀ ਦੇ ਸੀਆਰਪੀ ਦੇ ਬੰਦੇ ਆ ਉਹਨਾਂ ਦੇ ਲੰਨ ਚੁੰਘਣ ਉਹਨਾਂ ਦੇ ਟੱਟੇ ਫੁੱਟਣ ਇਹਦੇ ਵਿੱਚ ਹੀ ਹੱਜ ਨਮਾਜ਼ ਕਰਨ ਜਿਹੜੀਆਂ ਤੁਹਾਡੀਆਂ ਭੈਣਾਂ ਜਾਂਦੀਆਂ ਨੇ ਨਾ ਮੁੱਲੇ ਜਿਹੜੇ ਲੁੱਲੇ ਚੁੰਘਦੇ ਇਹਨਾਂ ਦੇ ਮੂਹਰੇ ਤਾਂ ਗਾਂਡੂ ਨੇ ਮੌਲਵੀ ਮੌਲਵੀ ਭੈਣ ਦੇ ਲੋੜੇ ਨੇ ਸਾਰੇ ਇਹਨਾਂ ਦੀ ਮਾਂ ਦੀ ਮਾਰਿਆ ਖੁਦੀ ਚਲਾਨੇ ਇਹਨਾਂ ਨਾਲ ਪ੍ਰਵਾਹ ਨਾ ਕਰੋ ਠੀਕ ਆ ਸਿੱਧੀ ਜੀ ਗੱਲ ਆ ਮੁਸਲਮਾਨ ਕੁੜੀਆਂ ਦੇ ਫੁੱਦਿਆਂ ਉੱਪਰ ਬਣਨਾ ਪਾਕਿਸਤਾਨ ਅਸਲੀ ਜਿਹੜਾ ਅਸਲੀ ਪਾਕਿਸਤਾਨ ਨਾ ਮੁਸਲਮਾਨ ਕੁੜੀਆਂ ਦੇ ਫੁੱਦਿਆਂ ਉੱਪਰ ਕਾਦੇ ਆਜਮ ਨੇ ਉਹਦਾ ਨਕਸ਼ਾ ਬਣਾਇਆ ਸੀਗਾ ਵੀ ਏਦਾਂ ਪਾਕਿਸਤਾਨ ਦੀ ਗਾਂਢ ਹੋਣੀ ਚਾਹੀਦੀ ਏਦਾਂ ਪਾਕਿਸਤਾਨ ਦੀ ਵੰਡ ਹੋਣੀ ਚਾਹੀਦੀ ਆ ਪੂਰੀ ਹਨਾ ਪੂਰੀ ਭੈਣ ਚ ਆਓ ਮੁੱਲਿਆ ਤੁਹਾਡੀ ਭੈਣਾਂ ਦੇ ਫੁੱਦੇ ਨਾ ਇਹ ਭੈਣ ਚ ਇਸਲਾਮ ਦੀ ਬਹੁਤ ਜ਼ਰੂਰੀ ਆ ਪੱਟਣੇ ਉਹ ਵੀ ਇੰਡੀਆ ਦੇ ਲੰਨ ਤਿੰਨ ਚ ਜਾਣੇ ਬਹੁਤ ਜ਼ਿਆਦਾ ਜ਼ਰੂਰੀ ਆ ਤੁਹਾਡੀ ਭੈਣਾਂ ਦੇ ਫੁੱਦਿਆਂ ਨਾ ਪੜਵਾਈ ਜਾਓ ਟਕਾ ਟਕਾ ਕੇ ਅਫਗਾਨ ਚ ਤਾਂ ਪਤਾ ਕੀ ਹੁੰਦਾ ਸੀ ਵੀ ਰੂਸ ਦੇ ਸੈਨਿਕ ਜਿਹੜੇ ਸੀਗੇ ਉਹ ਸਾਡੀ ਭੈਣਾਂ ਦੇ ਫੁੱਦੇ ਮਾਰਦੇ ਸੀ ਪੈਸੇ ਦਿੰਦੇ ਸੀ ਘੱਟ ਪਰ ਹੁਣ ਅਮਰੀਕਾ ਵਾਲੇ ਉੱਥੇ ਆ ਗਏ ਨੇ ਅਮਰੀਕਾ ਵਾਲੇ 2-4 ਰੁਪਏ ਵੱਧ ਦੋ ਆਉਂਦੇ ਇੰਡੀਆ ਵਾਲਿਆਂ ਤੋਂ ਇੰਡੀਆ ਵਾਲਿਆਂ ਦੇ ਆੜੀ ਅਮਰੀਕਾ ਵਾਲੇ ਇਹ ਚੱਕਰ ਆ ਤੁਹਾਡੀ ਭੈਣਾਂ ਦੇ ਫੁੱਦਿਆਂ ਦੇ ਵਿੱਚ ਜਾਣ ਵਾਲਾ ਇੱਕ ਹਿੰਦੂ ਵਾਲਾ ਨਾ ਹਮੇਸ਼ਾ ਤੁਹਾਡੀ ਭੈਣਾਂ ਦੇ ਫੁੱਦਿਆਂ ਦੇ ਵਿੱਚ ਇੱਕ ਜੰਨਤ ਦਾ ਰੂਪ ਕੰਮ ਕਰਦਾ ਜਿਵੇਂ ਜਿੰਨ ਹੁੰਦਾ ਨਾ ਜਿੰਨ ਜਿਵੇਂ ਉਹ ਲੌਂਡਾ ਜਿੰਨ ਸ਼ੈਤਾਨ ਨੇ ਅੱਲਾ ਦੀ ਤੁਹਾਨੂੰ ਪਤਾ ਜਦੋਂ ਮੁੱਢ ਮਾਰੀ ਸੀ ਤਾਂ ਅੱਲਾ ਨੇ ਇਹੀ ਕਿਹਾ ਸੀ ਇੱਕ ਟਾਈਮ ਉਹ ਆਊਗਾ ਜਦੋਂ ਗਜਵਾ ਹਿੰਦ ਭੈਣ ਦਾ ਫੁੱਦਾ ਹਿੰਦ ਹੋ ਕੇ ਵਿੱਚ ਮੁਸਲਮਾਨ ਕੁੜੀਆਂ ਦੇ ਫੁੱਦਿਆਂ ਹਿੰਦ ਦੇ ਲੜਨ ਜਾਣਗੇ ਹਿੰਦੂਆਂ ਦੇ ਪਿਓਰ ਹਿੰਦੂਆਂ ਦੇ ਲੜਨ ਜਾਣਗੇ ਉਦੋਂ ਅਸਲੀ ਗਜਵਾ ਹਿੰਦ ਹੋਣਾ ਲਾਲ ਕਿਲ੍ਹੇ ਤੇ ਜਾ ਕੇ ਜਦੋਂ ਮੁਸਲਮਾਨ ਕੁੜੀਆਂ ਫੁੱਦਾ ਆਪਣਾ ਪੜਵਾਉਣ ਗਈਆਂ ਤਾਂ ਜਹਾਜ਼ ਪੂਰਾ ਹੋਣਾ ਲਾਲ ਕਿਲ੍ਹੇ ਤੇ ਜਾ ਕੇ ਹਾਂ ਜਾਮਾ ਮਾਜੀ ਦਾ ਜਿਹੜੀ ਦਿੱਲੀ ਵੀ ਉੱਥੇ ਮੁਸਲਮਾਨ ਕੁੜੀਆਂ ਦੇ ਫੁੱਦੇ ਪਾਕਿਸਤਾਨ ਦੀਆਂ ਦੇ ਟੰਗੇ ਜਾਣਗੇ ਤਾਂ ਪਤਾ ਲੱਗੂਗਾ ਵੀ ਭੈਣ ਚ ਇਹ ਸ਼ਰੀਅਤ ਦਾ ਕੀ ਆ ਸ਼ਰੀਅਤ ਦਾ ਇੱਡੀ ਪਤਾ ਲੱਗਦਾ ਮੁਸਲਮਾਨ ਕੁੜੀਆਂ ਦੇ ਫੁੱਦੇ ਪੱਟਣ ਨਾਲ ਹੀ ਸਾਰੇ ਸ਼ਰੀਅਤ ਦਾ ਪਤਾ ਲੱਗਦਾ ਅਸਲੀ ਅਸਲੀ ਸ਼ਰੀਅਤ ਤਾਂ ਆਉਂਦੀ ਹੈ ਜਦੋਂ ਮੁਸਲਮਾਨ ਕੁੜੀਆਂ ਦੇ ਫੁੱਦਿਆਂ ਦੇ ਵਿੱਚ ਯਹੂਦੀਆਂ ਦੇ ਹਿੰਦੂਆਂ ਦੇ ਲੰਘ ਜਾਂਦੇ ਨੇ ਤਾਂ ਆਉਂਦੀ ਅਸਲੀ ਸ਼ਰੀਅਤ